ਇਨਸਾਨ ਦੇ ਜਨਮ ਤੋਂ ਲੈ ਕੇ ਮਰਨ ਤੱਕ ਸਮਾਜ ਵੱਲੋਂ ਬਹੁਤ ਸਾਰੀਆਂ ਰਸਮਾਂ ਨਿਭਾਈਆਂ ਜਾਂਦੀਆਂ ਤੇ ਕਈ ਰਸਮਾਂ ਜਿਹੜੀਆਂ ਇਨਸਾਨ ਦੇ ਪੂਰਾ ਹੋ ਜਾਣ ਤੋਂ ਬਾਅਦ ਵੀ ਸਮਾਜ ਵੱਲੋਂ ਨਿਭਾਈਆਂ ਜਾਂਦੀਆਂ। ਅੱਜ ਦੀ ਵੀਡੀਓ ਵਿੱਚ ਆਪਾਂ ਜ਼ਿਕਰ ਕਰਾਂਗੇ ਕਿ ਜਦੋਂ ਇੱਕ ਔਰਤ ਬਜ਼ੁਰਗ ਹੋ ਕੇ ਆਪਣਾ ਜੀਵਨ ਪੰਥ ਮੁਕਾ ਲੈਂਦੀ ਹੈ ਤੇ ਉਸ ਦੀ ਅੰਤਮ ਯਾਤਰਾ ਵੇਲੇ ਪਾਇਆ ਜਾਣ ਵਾਲਾ ਕਫਨ ਉਹਦੇ ਪੇਕਿਆਂ ਤੋਂ ਹੀ ਕਿਉਂ ਆਉਂਦਾ ਹੈ। ਸਮਾਜ ਦੀ ਇਸ ਰਸਮ ਦਾ ਪਿਛੋਕੜ ਸੁਣਨ ਦੇ ਲਈ ਵੀਡੀਓ ਅਖੀਰ ਤੱਕ ਜ਼ਰੂਰ ਦੇਖਿਓ ਤੇ ਜੇ ਨਵੇਂ ਹੋ ਤੇ ਸਾਡਾ ਯੂਟਿਊਬ ਚੈਨਲ ਮੁਲਕ ਪੰਜਾਬ ਸਬਸਕ੍ਰਾਈਬ ਵੀ ਕਰ ਲਿਓ। ਸਮਾਜ ਦੀਆਂ ਇਹ ਰਸਮਾਂ ਅੱਜ ਤੋਂ ਸੈਂਕੜੇ ਹਜ਼ਾਰਾਂ ਸਾਲ ਪਹਿਲਾਂ ਸਿਆਣੇ ਬਜ਼ੁਰਗਾਂ ਨੇ ਬਣਾਈਆਂ ਹੋਣਗੀਆਂ। ਅੱਜ ਸਮੇਂ ਦੇ ਨਾਲ ਨਾਲ ਬੇਸ਼ੱਕ ਇਹਨਾਂ ਰਸਮਾਂ ਦੀ ਅਹਿਮੀਅਤ ਬਦਲਦੀ ਜਾਂਦੀ ਹੈ ਜਾਂ ਘਟਦੀ ਜਾਂਦੀ ਹੈ, ਪਰ ਕਿਸੇ ਵੇਲੇ ਇਹ ਸਮਾਜ ਦੇ ਤਾਣੇ ਬਾਣੇ ਨੂੰ ਜੋੜ ਕੇ ਰੱਖਣ ਲਈ ਇਹ ਰਸਮਾਂ ਆਪਣਾ ਅਹਿਮ ਰੋਲ ਅਦਾ ਕਰਦੀਆਂ ਸਨ। ਹੁਣ ਤੱਕ ਜਿੰਨੇ ਵੀ ਵਿਦਵਾਨਾਂ ਦੇ ਲੇਖ ਇਸ ਦੇ ਸੰਬੰਧ ਵਿੱਚ ਪੜ੍ਹੇ ਗਏ ਨੇ, ਸਾਰਿਆਂ ਵਿੱਚੋਂ ਤਿੰਨ ਵੱਡੇ ਕਾਰਨ ਨਿਕਲੇ ਹੈ ਕਿ ਔਰਤ ਦਾ ਕਫਨ ਉਹਦੇ ਪੇਕਿਆਂ ਤੋਂ ਕਿਉਂ ਆਉਂਦਾ ਹੈ। ਇੱਕ ਵਿਦਵਾਨ ਨੇ ਤਾਂ ਇਸ ਨੂੰ ਦਾਜ ਦੀ ਆਖਰੀ ਕਿਸ਼ਤ ਲਿਖਿਆ ਹੈ। ਆਓ ਉਹਨਾਂ ਤਿੰਨ ਕਾਰਨਾਂ ਦਾ ਆਪਾਂ ਜ਼ਿਕਰ ਕਰੀਏ। ਵਿਆਹ ਤੋਂ ਬਾਅਦ ਇੱਕ ਔਰਤ ਆਪਣੇ ਪਤੀ ਦੇ ਨਾਲ ਆਪਣੀ ਜ਼ਿੰਦਗੀ ਦਾ ਨਵਾਂ ਪੰਥ ਸ਼ੁਰੂ ਕਰਦੀ ਹੈ। ਹਰ ਇੱਕ ਦੁੱਖ ਸੁੱਖ ਤੇ ਜ਼ਿੰਦਗੀ ਦੀਆਂ ਔਕੜਾਂ ਨੂੰ ਖਿੜੇ ਮੱਥੇ ਪ੍ਰਵਾਨ ਕਰਦੀ ਹੋਈ ਇਹ ਔਰਤ ਆਪਣੇ ਪਤੀ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਦੀ ਹੈ। ਇੰਨਾ ਹੀ ਨਹੀਂ, ਇਹ ਆਪਣੀ ਕੁੱਖ ਵਿੱਚੋਂ ਆਪਣੇ ਪਤੀ ਦੇ ਵੰਸ਼ ਨੂੰ ਅੱਗੇ ਵੀ ਵਧਾਉਂਦੀ ਹੈ ਤੇ ਆਪਣੇ ਸਹੁਰੇ ਘਰ ਦੀ ਮਾਣ ਮਰਿਆਦਾ ਨੂੰ ਕਾਇਮ ਰੱਖਦੀ ਹੋਈ ਸਮਾਜ ਵਿੱਚ ਆਪਣੇ ਪਰਿਵਾਰ ਦੀ ਇੱਜ਼ਤ ਦਾ ਰੁਤਬਾ ਵੀ ਬਰਕਰਾਰ ਰੱਖਦੀ ਹੈ ਤੇ ਜਦੋਂ ਪੋਤਿਆਂ ਦੋਹਤਿਆਂ ਵਾਲੀ ਹੋ ਕੇ ਬਜ਼ੁਰਗ ਹੋ ਕੇ ਇਹ ਔਰਤ ਸੰਸਾਰ ਤੋਂ ਵਿਦਾ ਹੁੰਦੀ ਹੈ ਤੇ ਉਸ ਵੇਲੇ ਸਮਾਜ ਇਹਦੇ ਪੇਕਿਆਂ ਦੇ ਘਰੋਂ ਆਉਣ ਵਾਲੇ ਕਫਨ ਦੀ ਉਡੀਕ ਕਰਦਾ ਜਿਹੜਾ ਇਹਦੀ ਅੰਤਮ ਯਾਤਰਾ ਵਿੱਚ ਇਸ ਨੂੰ ਪਹਿਨਾਇਆ ਜਾਂਦਾ। ਜਿਵੇਂ ਇੱਕ ਵਿਦਵਾਨ ਨੇ ਇਹਨੂੰ ਦਾਜ ਦੀ ਆਖਰੀ ਕਿਸ਼ਤ ਆਖਿਆ, ਆਪਾਂ ਇਹ ਨਹੀਂ ਕਹਿ ਸਕਦੇ। ਕਫਨ ਕੋਈ ਦਾਜ ਨਹੀਂ ਹੁੰਦਾ। ਜਿਸ ਘਰ ਤੇ ਪਰਿਵਾਰ ਦੇ ਲਈ ਇੱਕ ਔਰਤ ਨੇ ਸਾਰੀ ਜ਼ਿੰਦਗੀ ਕੰਮ ਕੀਤਾ, ਮਿਹਨਤ ਕੀਤੀ, ਆਪਣੇ ਹੱਥਾਂ ਨਾਲ ਕੋਟੀਆਂ ਸਵੈਟਰ ਤਾਣੀਆਂ ਬੁਣ ਕੇ ਸਾਰੇ ਪਰਿਵਾਰ ਦੇ ਸਰੀਰ ਨੂੰ ਕੱਜਿਆ, ਕੀ ਉਹ ਆਪਣੇ ਵਾਸਤੇ 5 ਗਜ ਖੱਦਰ ਵੀ ਨਹੀਂ ਬੁਣ ਸਕੀ? ਕੀ ਉਹ ਆਪਣੇ ਵਾਸਤੇ ਇੱਕ ਕੱਪੜਾ ਵੀ ਨਹੀਂ ਖਰੀਦ ਸਕੀ? ਨਹੀਂ, ਅਸਲ ਵਿੱਚ ਇਹ ਕਫਨ ਦਾ ਰਿਸ਼ਤਾ ਉਸ ਦੇ ਪੇਕੇ ਪਰਿਵਾਰ ਨਾਲ, ਉਸ ਦੇ ਖੂਨ ਦੇ ਰਿਸ਼ਤੇ ਨਾਲ ਜੁੜਿਆ ਹੋਇਆ ਹੈ। ਪੁਰਾਣੇ ਸਮਿਆਂ 'ਚ ਅੱਜ ਤੋਂ ਸੈਂਕੜੇ ਸਾਲ ਪਹਿਲਾਂ ਜਦੋਂ ਇਹ ਰਸਮਾਂ ਹੋਂਦ ਵਿੱਚ ਆਈਆਂ, ਉਦੋਂ ਜ਼ਮਾਨੇ ਦਾ ਜੀਵਨ ਪੱਧਰ ਇੱਕ ਹੋਰ ਲੈਵਲ ਦਾ ਸੀ। ਨਾ ਹੀ ਤੇ ਕੋਈ ਸੰਚਾਰ ਦੇ ਸਾਧਨ ਸਨ, ਨਾ ਹੀ ਕੋਈ ਆਵਾਜਾਈ ਦੇ ਸਾਧਨ ਸਨ, ਨਾ ਸੜਕਾਂ, ਬੱਸਾਂ, ਗੱਡੀਆਂ, ਮੋਟਰਾਂ, ਸਕੂਟਰ, ਮੋਟਰਸਾਈਕਲ, ਇਹ ਚੀਜ਼ਾਂ ਉਦੋਂ ਸਮਾਜ ਵਿੱਚ ਨਹੀਂ ਸਨ। ਪਰ ਧੀਆਂ ਪੁੱਤਰਾਂ ਦੇ ਰਿਸ਼ਤੇ ਤੇ ਉਸ ਵੇਲੇ ਵੀ ਹੁੰਦੇ ਸੀ। ਪੁਰਾਣੇ ਸਮਿਆਂ 'ਚ ਜਦੋਂ ਧੀ ਵਿਆਹੀ ਹੋਈ ਆਪਣੇ ਸਹੁਰੇ ਘਰ ਜਾਂਦੀ ਤਾਂ ਕਦੇ ਸਾਲ ਵਿੱਚ ਇੱਕ ਅੱਧੀ ਵਾਰ ਧੀ ਵੱਲੋਂ ਪੇਕੀ ਗੇੜਾ ਲਾਇਆ ਜਾਂਦਾ ਤੇ ਜਾਂ ਸਾਲ 'ਚ ਇੱਕ ਅੱਧੀ ਵਾਰ ਪੇਕਾ ਪਰਿਵਾਰ ਧੀ ਨੂੰ ਉਹਦੇ ਘਰ ਜਾ ਕੇ ਮਿਲ ਕੇ ਆਉਂਦਾ, ਕਿਉਂਕਿ ਆਵਾਜਾਈ ਦੇ ਸਾਧਨਾਂ 'ਚ ਕਮੀ ਹੋਣ ਦੇ ਕਾਰਨ ਉਦੋਂ ਰਿਸ਼ਤੇਦਾਰੀ 'ਚ ਆਉਣਾ ਜਾਣਾ ਵੀ ਇੱਕ ਮੁਸ਼ਕਤ ਭਰਿਆ ਕੰਮ ਸੀ। ਪਰ ਇਹ ਸਮਾਜ ਦੀਆਂ ਬਣਾਈਆਂ ਹੋਈਆਂ ਰਸਮਾਂ ਇਸ ਦੂਰੀ ਵਿੱਚ ਵੀ ਦੋ ਪਰਿਵਾਰਾਂ ਨੂੰ ਮੇਲੀ ਰੱਖਦੀਆਂ ਸੀ। ਉਸੇ ਤਰ੍ਹਾਂ ਇਹ ਕਫਨ ਦੀ ਰਸਮ ਹੈ ਜਿਹੜੀ, ਮੰਨ ਲਓ ਜਦੋਂ ਕੋਈ ਔਰਤ ਆਪਣੀ ਜ਼ਿੰਦਗੀ ਪੂਰੀ ਕਰ ਜਾਂਦੀ ਸੀ ਆਪਣੇ ਘਰ ਵਿੱਚ, ਤਾਂ ਉਸ ਵੇਲੇ ਸਮਾਜ ਉਹਦੇ ਪੇਕਿਆਂ ਦੀ ਉਡੀਕ ਕਰਦਾ ਤੇ ਪੇਕਿਆਂ ਦਾ ਕਫਨ ਪਹਿਨਾ ਕੇ ਹੀ
ਉਸ ਔਰਤ ਦੀ ਅੰਤਮ ਯਾਤਰਾ ਸ਼ਮਸ਼ਾਨ ਘਾਟ ਨੂੰ ਤੁਰਦੀ ਸੀ। ਇਸ ਦਾ ਅਸਲੀ ਕਾਰਨ ਸੀ, ਜਦੋਂ ਕੋਈ ਔਰਤ ਪੂਰੀ ਹੋ ਜਾਵੇਗੀ ਤਾਂ ਔਰਤ ਦੇ ਪਰਿਵਾਰ ਵੱਲੋਂ ਸੁਨੇਹਾ ਭੇਜਿਆ ਜਾਵੇਗਾ ਪੇਕੇ ਪਰਿਵਾਰ ਨੂੰ, ਤਾਂ ਹੀ ਉਹ ਪਰਿਵਾਰ ਕਫਨ ਲੈ ਕੇ ਆਪਣੀ ਧੀ ਦੇ ਘਰ ਪਹੁੰਚੇਗਾ। ਇਹ ਕਫਨ ਦੀ ਰਸਮ ਦਾ ਵੀ ਔਰਤ ਦੀ ਜ਼ਿੰਦਗੀ 'ਚ ਕਾਫ਼ੀ ਅਹਿਮ ਰੋਲ ਸੀ ਕਿ ਜਿਸ ਤਰ੍ਹਾਂ ਪੇਕੇ ਪਰਿਵਾਰ ਵੱਲੋਂ ਇੱਕ ਧੀ ਦੀ ਡੋਲੀ ਵਿਦਾ ਕੀਤੀ ਜਾਂਦੀ ਹੈ ਤੇ ਅੰਤਮ ਯਾਤਰਾ ਸਮੇਂ ਵੀ ਪੇਕਾ ਪਰਿਵਾਰ ਆਪਣੀ ਧੀ ਦੇ ਘਰੇ ਪਹੁੰਚ ਕੇ ਉਹਦੀ ਅੰਤਮ ਯਾਤਰਾ ਵਿੱਚ ਸ਼ਾਮਲ ਹੋ ਸਕੇ, ਤੇ ਦੂਸਰਾ ਕਈ ਦਾਜ ਜਾਂ ਦੇਣ ਲੈਣ ਦੇ ਲਾਲਚੀ ਲੋਕ ਆਪਣੀਆਂ ਨੂੰਹਾਂ ਦੀ ਜਾਨ ਲੈਣ ਤੱਕ ਉਤਰੇ ਆਉਂਦੇ ਸਨ। ਉਸ ਵੇਲੇ ਇਹ ਰਸਮਾਂ ਸਮਾਜਿਕ ਤਾਣੇ ਬਾਣੇ ਨੂੰ ਜੋੜ ਕੇ ਰੱਖਦੀਆਂ ਸਨ ਕਿ ਜਦੋਂ ਧੀ ਦੇ ਪੇਕੇ ਕਫਨ ਲੈ ਕੇ ਆਉਣਗੇ, ਸਮਾਜ ਨੂੰ ਪਰਿਵਾਰ ਨੂੰ ਮਿਲਣਗੇ, ਉਸ ਔਰਤ ਦਾ ਅੰਤਮ ਇਸ਼ਨਾਨ ਜਦੋਂ ਔਰਤਾਂ ਕਰਾਉਣਗੀਆਂ, ਉਸ ਨੂੰ ਕਫਨ ਪਹਿਨਾਇਆ ਜਾਏਗਾ ਤੇ ਸਹਿਜੇ ਹੀ ਪਤਾ ਚੱਲ ਜਾਏਗਾ ਕਿ ਇਸ ਬੇਟੀ ਦੀ ਮੌਤ ਹੈ ਜਿਹੜੀ ਉਹ ਕੁਦਰਤੀ ਕਾਰਨ ਕਰਕੇ ਹੋਈ ਹੈ ਜਾਂ ਇਸ ਦੇ ਪਿਛਲੇ ਕਾਰਨ ਕੁਝ ਹੋਰ ਹਨ। ਕਿਉਂਕਿ ਜਦੋਂ ਕਿਸੇ ਇਨਸਾਨ ਨੂੰ ਇੱਕ ਵਾਰੀ ਕਫਨ ਪਹਿਨਾ ਦਿੱਤਾ ਜਾਵੇ, ਉਸ ਤੋਂ ਬਾਅਦ ਉਸ ਦੇ ਸਰੀਰ ਤੇ ਕੋਈ ਵੀ ਚਿੰਨ ਜਾਂ ਉਸ ਦੇ ਸਰੀਰ ਨੂੰ ਦੇਖਿਆ ਨਹੀਂ ਜਾ ਸਕਦਾ। ਇਸ ਲਈ ਇਹ ਕਫਨ ਦੀ ਰਸਮ ਹੈ ਜਿਹੜੀ ਪੇਕਿਆਂ ਦੇ ਨਾਲ ਜੋੜ ਕੇ ਰੱਖੀ ਗਈ ਕਿ ਪੇਕੇ ਪਰਿਵਾਰ ਨੂੰ ਈਵਨ ਪਤਾ ਤੇ ਲੱਗੇ ਕਿ ਸਾਡੇ ਪਰਿਵਾਰ ਦਾ ਖੂਨ ਸਾਡੀ ਧੀ ਇਸ ਸੰਸਾਰ ਤੋਂ ਅਕਾਲ ਚਲਾਣਾ ਕਰ ਗਈ ਹੈ, ਅਸੀਂ ਅੰਤਮ ਸਮੇਂ ਜਾ ਕੇ ਆਪਣੀ ਧੀ ਦਾ ਹਾਲ ਪਤਾ ਕਰ ਸਕੀਏ। ਕਿਉਂਕਿ ਉਸ ਵੇਲੇ ਨਾ ਕੋਈ ਮੋਬਾਈਲ ਸਨ, ਨਾ ਚਿੱਠੀ ਪੱਤਰ ਸੀ, ਨਾ ਕੋਈ ਵੀਡੀਓ ਕਾਲ ਸੀ ਕਿ ਧੀਆਂ ਆਪਣਾ ਦੁੱਖ ਸੁੱਖ ਫੋਨ ਲਾ ਕੇ ਆਪਣੇ ਪੇਕਿਆਂ ਨੂੰ ਦੱਸ ਸਕਦੀਆਂ। ਤੇ ਤੀਸਰਾ ਕਾਰਨ ਵਿਦਵਾਨਾਂ ਦਾ ਮੰਨਣਾ ਹੈ ਕਿ ਇਹ ਕਫਨ ਦੀ ਰਸਮ ਇਸ ਲਈ ਪੇਕਿਆਂ ਨਾਲ ਜੋੜੀ ਗਈ ਹੈ ਕਿ ਜਿਸ ਘਰ ਵਿੱਚ ਉਹ ਬੱਚੀ ਪੈਦਾ ਹੋਈ, ਜਵਾਨ ਹੋਈ, ਜਿੱਥੋਂ ਵਿਆਹ ਕੇ ਸਹੁਰੇ ਘਰ ਆਈ, ਜਿਸ ਪਰਿਵਾਰ ਵਿੱਚੋਂ ਉਸ ਕੁੜੀ ਨੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ, ਉਸ ਲੜਕੀ ਦੇ ਅੰਤਮ ਸਮੇਂ ਵੀ ਉਸ ਪਰਿਵਾਰ ਦਾ ਹੋਣਾ ਜ਼ਰੂਰੀ ਹੈ। ਕਿਉਂਕਿ ਅਖੀਰ ਉਹ ਲੜਕੀ ਉਸ ਪਰਿਵਾਰ ਦਾ ਇੱਕ ਜੀ ਸੀ, ਜਿਸ ਕਰਕੇ ਇਹ ਰਸਮਾਂ ਹੋਂਦ ਵਿੱਚ ਆਈਆਂ। ਪਰ ਹੁਣ 21ਵੀਂ ਸਦੀ ਵਿੱਚ ਜਿਸ ਕਦਰ ਜ਼ਮਾਨਾ ਅੱਗੇ ਤੇਜ਼ੀ ਨਾਲ ਵੱਧ ਰਿਹਾ ਹੈ, ਪਰ ਹੁਣ ਜ਼ਮਾਨੇ ਦੇ ਵਿੱਚ ਸਮੇਂ ਦੇ ਨਾਲ ਇੰਨਾ ਬਦਲਾਅ ਆ ਗਿਆ। ਪਹਿਲੇ ਸਮਿਆਂ 'ਚ ਜਦੋਂ ਕੋਈ ਔਰਤ ਅਕਾਲ ਚਲਾਣਾ ਕਰਦੀ, ਉਹਦਾ ਸਾਰਾ ਪੇਕਾ ਪਰਿਵਾਰ ਇਕੱਲਾ ਕਫਨ ਲੈ ਕੇ ਨਹੀਂ ਪਹੁੰਚਦਾ ਸੀ, ਆਪਣੇ ਰਿਸ਼ਤੇਦਾਰ, ਆਪਣਾ ਸ਼ਰੀਕਾ, ਕਬੀਲਾ, ਉਸ ਪਿੰਡ ਦੀ ਪੰਚਾਇਤ, ਪਿੰਡ ਦੇ ਮੋਹਤਬਰ ਬੰਦੇ, ਖੁੰਡਿਆਂ ਵਾਲੇ ਬਜ਼ੁਰਗ ਸਰਦਾਰ ਅਤੇ ਦਾਨੀਆਂ ਸਿਆਣੀਆਂ ਔਰਤਾਂ ਜਦੋਂ ਕੁੜੀ ਦੇ ਸਹੁਰੇ ਪਿੰਡ ਪਹੁੰਚਦੀਆਂ ਤਾਂ ਦੁਨੀਆਂ ਨੂੰ ਪਤਾ ਲੱਗ ਜਾਂਦਾ ਸੀ ਕਿ ਇਸ ਔਰਤ ਦਾ ਖਾਨਦਾਨੀ ਪੇਕਾ ਪਰਿਵਾਰ ਆਇਆ। ਪਰ ਅੱਜ ਦੇ ਜ਼ਮਾਨੇ ਦੀ ਦੌੜ ਵਿੱਚ ਇਸ ਕਦਰ ਦੁਨੀਆਂ ਲੱਗੀ ਹੈ ਕਿ ਜਦੋਂ ਕੋਈ ਅਜਿਹੀ ਘਟਨਾ ਵਾਪਰਦੀ ਹੈ, ਪਰਿਵਾਰ ਦੇ ਇੱਕ ਜਾਂ ਦੋ ਜੀ ਜਾ ਕੇ ਇਹ ਕਫਨ ਦੀ ਰਸਮ ਕਰੇ ਆਉਂਦੇ ਹੈ। ਪੰਜਾਬ ਵਿੱਚ ਹੋਣ ਦੇ ਬਾਵਜੂਦ ਵੀ ਅਸੀਂ ਰਿਸ਼ਤੇਦਾਰੀ ਵਿੱਚ ਜਾ ਕੇ ਦੁੱਖ ਸੁੱਖ ਫੋਲਣ ਦੇ ਨਾਲੋਂ ਇਕੱਲੀ ਫੋਨ ਕਾਲ ਤੇ ਇੱਕ ਦੂਸਰੇ ਦਾ ਹਾਲ ਚਾਲ ਪੁੱਛਣਾ ਸ਼ੁਰੂ ਕਰ ਦਿੱਤਾ ਹੈ। ਸੋ ਜ਼ਿੰਦਗੀ ਵਿੱਚ ਇੰਨੇ ਬਦਲਾਅ ਆਉਣ ਦੇ ਕਾਰਨ ਅਸੀਂ ਪੈਸਾ ਕਮਾ ਲਿਆ ਹੈ, ਆਪਣੀ ਜ਼ਿੰਦਗੀ ਸੈੱਟ ਕਰ ਲਈ ਹੈ, ਪਰ ਖੂਨ ਦੇ ਰਿਸ਼ਤਿਆਂ ਤੋਂ ਕਿਤੇ ਨਾ ਕਿਤੇ ਅਸੀਂ ਦੂਰ ਹੋ ਗਏ ਹਾਂ। ਅਸੀਂ ਆਪਣੀਆਂ ਬਣਦੀਆਂ ਜ਼ਿੰਮੇਵਾਰੀਆਂ ਨੂੰ ਕਈ ਵਾਰ ਪੂਰਾ ਨਹੀਂ ਨਿਭਾ ਸਕਦੇ। ਸੱਤ ਸਮੁੰਦਰੋਂ ਪਾਰ ਦੀ ਜ਼ਿੰਦਗੀ ਨੇ ਸਾਨੂੰ ਸੁੱਖ ਸਹੂਲਤਾਂ ਤੇ ਦੇ ਦਿੱਤੀਆਂ, ਪਰ ਸਾਡੇ ਪਰਿਵਾਰਾਂ ਦਾ ਸਕੂਨ, ਆਪਣਾਪਣ ਤੇ ਨਿੱਘ ਉਹ ਸਾਥੋਂ ਖੋ ਲਿਆ। ਸੋ ਪੇਕਿਆਂ ਵੱਲੋਂ ਲਿਆਂਦਾ ਗਿਆ ਕਿਸੇ ਵੀ ਔਰਤ ਦਾ ਕਫਨ ਇਕੱਲਾ 5 ਗਜ਼ ਕੱਪੜਾ ਨਹੀਂ ਹੁੰਦਾ ਸੀ, ਉਸ ਦੇ ਨਾਲ ਪਰਿਵਾਰ ਦੇ ਲਹੂ ਦੀ ਸਾਂਝ ਜੁੜੀ ਹੁੰਦੀ ਸੀ।
ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਪ੍ਰਵਾਨ ਕਰਿਓ। ਅਗਲੀ ਵੀਡੀਓ ਦੇ ਵਿੱਚ ਸਮਾਜ ਦੀਆਂ ਹੋਰ ਰਸਮਾਂ ਰਿਵਾਜ ਤੁਹਾਡੇ ਨਾਲ ਸਾਂਝੇ ਕਰਾਂਗੇ। ਚੈਨਲ ਮੁਲਕ ਪੰਜਾਬ ਦੀ ਟੀਮ ਨੂੰ ਬਖਸ਼ੋ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।